ਮਿਸ਼ਨ ਫੇਲ ਹੋ ਗਿਆ ਸਰ, ਮਿਸ਼ਨ ਫੇਲ ਹੋ ਗਿਆ ਸਾਡਾ। ਰਹੀਮ ਅਸਲਾਮ ਅਲੈਕੁਮ ਸਰ, ਭੈਣ ਭਾਈ ਨਾਲ ਪਾਕ ਖੁਸ਼ ਰੱਖੇ, ਆਬਾਦ ਰੱਖੇ, ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਸਾਂਝਾ ਇਹਨੂੰ ਕਰ ਲਿਓ ਤਾਂ ਕਿ ਹਰ ਵੀਡੀਓ ਬਰ ਵਕਤ ਤੁਹਾਨੂੰ ਮਿਲ ਸਕੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, 3:30 ਦਾ ਟਾਈਮ ਆ ਤਕਰੀਬਨ, ਜਿਹੜਾ ਨਾ ਬਹੁਤ ਹੀ ਰਹਿਮਤ ਹੋਈ ਅੱਲਾਹ ਪਾਕ ਦਾ, ਖਾਸ ਕਰਮ ਹੋਇਆ। ਰਹਿਮਤ ਵੇਖੋ ਜੀ, ਮਾਸ਼ਾਅੱਲਾ, ਆ ਵਿਹੜਾ ਦਿਖਾਓ ਨੀਚੇ, ਪਾਣੀ ਦਾ ਭਰਿਆ ਜਾ ਰਿਹਾ ਵਾ, ਭਰਿਆ ਜਾ, ਪਰ ਨਾਲੇ ਇੰਨੀ ਕੋ ਤੇਜ਼ ਮੁਸਲਾ ਆ ਰਿਹਾ। ਨਹੀਂ ਉਹ ਬਾਰਿਸ਼ ਜਿਹੜੀ ਹੈ ਨਾ, ਉੱਥੋਂ ਪਾਣੀ ਕੰਟਰੋਲ ਨਹੀਂ ਹੋਣ ਡਿਆ ਪੈਪ 'ਚੋਂ, ਨਹੀਂ ਹੋ ਰਿਹਾ ਪੈਪ 'ਚੋਂ, ਤੇ ਘਾਹ ਸਾਡਾ ਤਰਨ ਡਿਆ ਵਾ, ਦਿਖਾਓ ਤੇ ਮੇਰਾ ਬਾਹਰ ਵੇਖੀ ਹੁਣ। ਹਾਂਜੀ ਮਾਸ਼ਾਅੱਲਾ, ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ, ਅਸੀਂ ਬਿਜਲੀ ਗਈ ਆ, ਅਸੀਂ ਨਿਕਲ ਕੇ ਇੱਥੇ ਬਾਹਰ ਬਰਾਮਦੀ 'ਚ ਬੈਠੇ ਆ। ਇਸ ਬਰਾਮਦੇ ਦੀ ਬੜੀ ਮੌਜ, ਇਹਦੀਆਂ ਇਹਦੇ ਨਾਲ ਬੜੀਆਂ ਸਾਡੀਆਂ ਯਾਦਾਂ ਜੀ, ਇਸ ਬਰਾਮਦੇ ਨਾਲ ਇਹਨਾਂ ਬੜੀਆਂ ਸਾਡੀਆਂ ਯਾਦਾਂ ਵਾ। ਮੈਂ ਆਪਣੇ ਪੁਰਾਣੇ ਘਰ ਨੂੰ ਬਹੁਤ ਪਿਆਰ ਕਰਦੀ ਆ, ਉਹ ਘਰ ਮੇਰਾ ਬਹੁਤ ਖੂਬਸੂਰਤ ਆ, ਲੇਕਿਨ ਮੈਨੂੰ ਇਹ ਘਰ ਬਹੁਤ ਪਿਆਰਾ ਵਾ, ਮੈਂ ਵਿਆਹ ਹੀ ਇਸ ਘਰ 'ਚ ਆਈ ਸੀ, ਇਸ ਘਰ 'ਚ ਸਾਡੀਆਂ ਬੜੀਆਂ ਯਾਦਾਂ ਵਾ, ਮੈਨੂੰ ਬਹੁਤ ਪਿਆਰਾ ਲੱਗਦਾ, ਨਾਲੇ ਨਵਾਂ ਘਰ ਹੈ ਵੀ ਸਾਡਾ ਜੀ। ਤੇ ਮੈਂ ਕਿਹਾ ਹਾਲੀ ਬਾਰਿਸ਼ ਹੋ ਰਹੀ ਆ, ਆਪਣੇ ਕਿਉਂ ਨਾ ਭੈਣ ਭਾਈਆਂ ਨੂੰ ਕਲਿੱਪ ਸ਼ੇਅਰ ਕਰਦੀ ਹੈ, ਬਾਰਿਸ਼ ਮੱਠੀ ਹੁੰਦੀ ਹੈ ਨਾ, ਫਿਰ ਆਪਣੇ ਭੈਣ ਭਾਈਆਂ ਨਾਲ ਬਾਹਰ ਦਾ ਮਾਹੌਲ ਵੀ ਸ਼ੇਅਰ ਕਰਨੇ। ਹਾਂਜੀ ਜੀ, ਤਾਂ ਹੁਣ ਤੇ ਆਈਫੋਨ, ਨਾਲੇ ਕਹਿੰਦੇ ਆਈਫੋਨ, ਆਈਫੋਨ ਪਾਣੀ ਨਹੀਂ ਪੈਂਦਾ, ਲੇਕਿਨ ਇਹਦੇ ਵਿੱਚ ਪਾਣੀ ਪੈਂਦਾ ਨਾ ਮਾਈਕਾਂ 'ਚ। ਅੱਛਾ, ਇੱਕ ਵੀ ਤੁਬਕਾ ਪੈ ਗਿਆ ਤੇ ਚੱਲ ਅੱਲਾ ਦੀ। ਪਾਣੀ ਪ੍ਰੂਫ ਲੈਣੇ ਸੀ। ਹਾਂ ਪਾਣੀ ਪ੍ਰੂਫ, ਉੱਥੇ ਮੇਰੀ ਬੇਬੇ ਬਣਾਉਂਦੀ ਪਾਣੀ ਪ੍ਰੂਫ। ਮੈਨੂੰ ਕਹਿੰਦੇ ਮੇਰਾ ਹੈਰਾਨ ਪਰੇਸ਼ਾਨ, ਮੈਨੂੰ ਕਹਿੰਦੇ ਮੇਰਾ ਗੋ, ਮੈਂ ਘਰੇ, ਤੁਸੀਂ ਆਪ ਹੀ ਬੋਲੋ, ਮੇਰਾ ਆਪਣਾ ਗਲਾ ਦਰਦ ਕਰਨ ਲਿਆ ਵਾ। ਦੇਖੋ ਜੀ ਪਲਾਟ ਘਾਹ ਡੁੱਬਿਆ ਫਿਰਦਾ, ਇੰਨੀ ਅੱਲਾ ਪਾਕ ਨੇ ਬਾਰਿਸ਼ ਪਾਈ ਆ। ਹੁਣ ਇਹਦੇ ਰੰਗ ਵੇਖੀ, ਇਹ ਖਾਲੀ ਵੇਖੋ ਪੌਦਿਆਂ ਵਾਲੀ, ਉਹ ਐਲੋਵੀਰਾ ਦਾ ਪੌਦਾ ਵੇਖ ਡੁੱਬਿਆ ਫਿਰਦਾ ਚਾਰਾ, ਕੌਲਾ ਬਿੱਲੀ ਦਾ ਤਰਿਆ ਫਿਰਦਾ। ਤੇ ਆਜੋ ਬਾਹਰ ਦੇਖਦੇ ਆ ਕੀ ਸੂਰਤ ਹਾਲ ਆ, ਬਾਹਰ ਵੀ ਸੂਰਤ ਹਾਲ ਐਵੇਂ ਦੀ ਹੋਣੀ ਹੈ, ਜਾਣੇ ਆ ਨਾ ਦਿਲ ਕਰਦਾ। ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਅਸਾਂ ਜੀ ਅੱਜ ਪਿਛਲੇ ਪੈਰ ਕਣਕ ਪਾਣੀ ਸੀ ਇਸ ਪੜੋਲੇ ਵਿੱਚ, ਲੇਕਿਨ ਹੁਣ ਨਹੀਂ ਪੈ ਸਕਦੀ ਕਿਉਂਕਿ ਸਾਰੀ ਥਾਂ ਵੀ ਵਤਰੀ ਗਈ ਹੈ ਅਤੇ ਕੋਈ ਛਿੱਟਾ ਕਣਕ ਦੇ ਵਿੱਚ ਨਾ ਜਾਵੇ। ਇਸ ਵਾਸਤੇ ਪੜੋਲਾ ਖੁਸ਼ਕ ਹੋਵੇਗਾ, ਜਗ੍ਹਾ ਖੁਸ਼ਕ ਹੋਵੇਗੀ, ਅਤੇ ਫਿਰ ਅਸੀਂ ਜਿਹੜਾ ਨਾ ਇਹਦੇ ਵਿੱਚ ਗੰਦਮ ਪਾਵਾਂਗੇ। ਗਿਆ ਹੋਣਾ ਰੋੜਾ ਵੀ ਬੜੀਆਂ ਪਈਆਂ ਹੋਣੀਆਂ ਨੇ, ਰੋੜਾ ਵੀ ਬੜੀਆਂ ਪਈਆਂ ਹੋਣੀਆਂ ਨੇ। ਮੇਰੀ ਜੀ ਅੰਗੂਰ ਦੀ ਵਾਲ ਵਾਲੀ ਜਿਹੜੀ ਖੇਲ ਸੀ ਉਹ ਟੁੱਟ ਗਈ, ਤੇ ਮਾਸ਼ਾਅੱਲਾ ਹੁਸਨ ਵੇਖੋ ਹੁਣ ਦਰਖਤਾਂ ਤੇ, ਤੇ ਇਹ ਜਿਹੜੇ ਛੋਟੇ ਪੌਦੇ ਨੇ ਕਿਆ ਹੀ ਬਾਤਾਂ ਨੇ। ਇਹ ਦੇਖੋ ਨਾ ਇਹ ਵੀ ਸਾਰੀ ਹੁਣ 2 ਦਿਨ ਪਵਾ ਪਾਣੀ ਨਾਲ, ਇਹ ਖੇਲ ਚ ਦੁਬਾਰਾ ਕਈ ਮਾਰਨੀ ਪੈਣੀ, ਰੋੜਾ ਪਈਆਂ ਨੇ, ਕਨੋਪੀਆਂ ਵੀ ਤੁੱਪ ਗਈਆਂ ਨੇ। ਮਾਸ਼ਾਅੱਲਾ ਚਿੜੀਆਂ ਨਾਤੀਆਂ ਤੋਤੀਆਂ ਫਿਰਦੀਆਂ, ਚਿੜੀਆਂ ਜੀ ਖੂਬ ਨਾਤੀਆਂ ਵਾ, ਖੂਬ ਨਾਤੀਆਂ ਨੇ, ਖੂਬ ਨਾਤੀਆਂ ਚਿੜੀਆਂ ਜੀ। ਮਾਸ਼ਾਅੱਲਾ ਮਾਸ਼ਾਅੱਲਾ, ਹਰ ਚੀਜ਼ ਤੇ ਜਿਹੜਾ ਉਹ ਹੁਸਨ ਆ ਗਿਆ, ਕਟਾ ਤੁੱਪ ਗਏ, ਤਿਲਾਂ ਤੇ ਬਾਜਰੇ ਤੇ ਖਜੂਰਾਂ ਤੇ, ਬਾਜਰਾ ਵੀ ਬੜਾ ਮਾਹੌਲ ਬਣਾਉਂਦਾ, ਟਾਹਲੀ ਜਿਹੜੀ ਉਹ ਵੱਖਰਾ ਮਾਹੌਲ ਬਣਾਉਂਦੀ, ਤੇ ਜਿਹੜਾ ਹੁਣ ਬਾਗ ਤੇ ਰੰਗ ਆਉਣੇ ਵਾਲੀ। ਹਾਂ ਹੁਣ ਇਹ ਬਾਰਿਸ਼ਾਂ ਜਦੋਂ ਪੈ ਕੇ ਹਟੀਆਂ ਨਾ, ਤੇ ਫਿਰ ਜਿਹੜਾ ਉਹ ਇਹ ਬਾਰਿਸ਼ਾਂ ਜਦੋਂ ਪੈ ਕੇ ਹਟੀਆਂ ਨਾ, ਤੇ ਫਿਰ ਇਹਦੇ ਵਿੱਚ ਰੂਟਾ ਫਰਾਵਾਂ ਦੇ ਨਾ, ਗੰਦ ਸ਼ੰਦ ਉੱਗ ਲਵੇ ਵਾਲੀ। ਹਾਂ ਪਾਣੀ ਦੀ ਤੈਨੂੰ ਹੁਣ ਕੋਈ ਟੈਨਸ਼ਨ ਹੀ ਕੋਈ ਨਾ। ਬਾਹਰ ਫੇਰਾ ਟੋਰਾ ਕਰਦੇ ਸਭ, ਮੈਂ ਤੇ ਮੈਰਾ ਤੇ ਭਾਜੀ ਆ ਗਏ ਨੇ, ਤੇ ਮੈਰਾ ਪਕਾਉਣਗੇ ਚਾਏ, ਤੇ ਅਸੀਂ ਜਿਹੜਾ ਨਾ ਬਾਰਿਸ਼ ਇੰਜੋਏ ਕਰੀਏ। ਭਾਜੀ ਉੱਧਰ ਨਾਲੋਂ ਤੇ ਕਈ ਹਿੱਸੇ ਜ਼ਿਆਦਾ ਪਈ। ਹਾਂਜੀ
ਬੜੀ 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 ਬਾਰਿਸ਼ ਪਈ। ਇਹ ਸਾਡੇ ਪ੍ਰਣਾਲੇ ਪਾਣੀ ਨਹੀਂ ਸਨ ਚੱਲਦੇ, ਅਮਾ ਜੀ ਔਰ ਬਾਜੀ ਕੇ ਪਾਸ ਆਇਆ ਥਾ, ਗਪਸ਼ਪ ਕੀ ਖੂਬ ਜਾਣੇ ਲਗਾ, ਤੋ ਬਾਜੀ ਕਹਿਤੀ ਹੈ ਕਿ ਸਪਰੇਅ ਕਾ ਅਸਰ ਉਤਰ ਗਿਆ, ਅਬ ਆਜ ਮਿਰਚੇ ਲੈ ਜਾਓ। ਤੋ ਮੈਨੇ ਕਿਹਾ ਦੋ ਤਿੰਨ ਸਬਰ ਕਰੋ, ਬਾਜੀ ਕਹਿਤੀ ਹੈ ਹਮ ਤੋ ਉਸ ਦਿਨ ਹੀ ਪਕਾ ਰਹੇ ਹੈਂ। ਮੈਨੇ ਕਿਹਾ ਚਲੇ ਮੈਂ ਤਾਂ ਨਾਲ ਸਪਰੇਅ, ਦੋ ਦਿਨ ਸਬਰ ਕਰੋ ਤੇ ਬਸ ਫਿਰ ਵਰਤਣੀਆਂ ਪਾ ਦਿਓ। ਜਿਹੜੀ ਤੇ ਬਾਰਿਸ਼ ਬਾਜੋ ਕੱਲ ਹੋਈ, ਤੋਬਾ ਤੋਬਾ ਤੋਬਾ। ਕਰੇਲੇ ਤਾਂ ਬੜੇ ਨੇ ਪਰ ਖਾਣੇ 'ਚ ਨਹੀਂ। ਮੈਂ ਤੈਨੂੰ ਬਾਜੀ ਬਸ ਕਰ, ਮੂੰਗੀਆਂ ਦੇ ਹਾਲਾਤ ਖਰਾਬ ਨਹੀਂ ਬਾਜੋ, ਜਿੰਨੀਆਂ ਬਾਰਿਸ਼ਾਂ ਦੱਸਦੇ ਨਾ ਅੱਗੋਂ ਫਿਰ ਦੱਸਦੇ ਨੇ, ਹਲੀ ਤੇ ਇਬਤਦਾ ਹੈ। ਬਾਜੋ ਕਰੇਲੇ ਵੀ ਲੱਥਦੇ ਨੇ, ਕਰੇਲੇ ਅਸਾਂ ਤਾਂ ਲੈ ਕੇ ਨਹੀਂ ਜਾਣੇ, ਤੇ ਕਾਂਦੀ ਤਾਂ ਬੜੇ ਸ਼ੌਕ ਨਾਲ ਸੀ ਖਾਂਦੇ ਸਾਂ, ਲੇਕਿਨ ਹੁਣ ਫਿਰ ਨਹੀਂ। ਬਾਜੀ ਸਨਵਰ ਕੇ ਪਾਸੇ ਆ ਕੇ ਮੈਨੇ ਨਾ ਸਾਰੇ ਘਰ ਕੋ ਧੋਇਆ, ਬਾਰਿਸ਼ ਕੀ ਵਜ੍ਹਾ ਸੇ ਹਾਲਤ ਖਰਾਬ ਹੋਈ ਬੜੀ। ਘਰ ਧੋਣੇ ਕੇ ਬਾਅਦ ਅਭੀ ਮੈਨੇ ਯੇ ਨਾ ਇੱਕ ਲਿਕੁਇਡ ਸਾ ਇਸਮੇ ਡਾਲਾ ਹੈ ਔਰ ਪਾਣੀ ਮਿਕਸ ਕੀਆ ਹੈ। ਕਰਨਾ ਕਿਆ ਹੈ, ਹਮਾਰੇ ਪਿੰਡੋ ਨਾ ਯੇ ਕੁਛ ਇਸ ਤਰ੍ਹਾਂ ਕੇ ਹੈ, ਅਭੀ ਦਿਖਾਤਾ ਹੂੰ ਆਪਕੋ, ਖੋਲ ਕੇ ਫਿਰ ਖੋਲਣਾ ਚਾਹੀਦਾ। ਯੇ ਦੇਖੇ ਅਗਰ ਯਹਾਂ ਪੇ ਪਾਈਪ ਮਾਰਤੇ ਹੈ ਨਾ ਤੋ ਫਿਰ ਕਾਮ ਖਰਾਬ ਹੋਤਾ ਹੈ, ਤੋ ਮੈਂ ਪਾਣੀ ਅੰਦਰ ਚਲੇ ਜਾਤਾ ਹੈ। ਤੋ ਇਸਕੋ ਮੈਂ ਨਾ ਪਹਿਲੇ ਸੁੱਕੇ ਕੱਪੜੇ ਸੇ ਯੇ ਜਾਲੇ ਵਗੈਰਾ ਉਤਾਰੂੰਗਾ, ਫਿਰ ਇਸਕੀ ਸਫਾਈ ਕਰੂੰਗਾ। ਅਭੀ ਇਸਕੀ ਹਾਲਤ ਦੇਖੇ, ਯੇ ਕਿਤਨਾ ਗੰਦਾ ਹੁਆ ਪੜਾ ਹੈ। ਤੋ ਅਬ ਇਸਕੀ ਕਰਤੇ ਹੈ ਫੁੱਲ ਸਰਵਿਸ ਇਨਸ਼ਾਅੱਲਾ। ਮੈਂ ਕਰੂੰ ਮੌਸਮ ਠੰਡਾ ਨਾ, ਪਹਿਲੇ ਅਸੀਂ ਚਾਹ ਤੇ ਕੇਕ ਖਾਧੇ, ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਨਾ ਜਿਹੜੀ ਦਿੱਕਤ ਜ਼ੋਰ ਦੀ ਅਜ਼ਾਨ ਹੁੰਦੀ ਉਹਨਾਂ ਦਿੱਕਤ ਸਾਡਾ ਕੰਮ ਨਿਬੜ ਜਾਣਾ ਵਾ, ਚਲੀ ਇੱਕ ਵੱਜ ਜਾਣਾ। ਇਹਨੂੰ ਅੰਦਰੋਂ ਖੋਲ੍ਹਣਾ ਪੈਣਾ, ਸਾਫ਼ ਅੰਦਰ ਹੋ ਗਈ ਕਿ ਬਾਹਰੋਂ ਮਿੱਟੀ ਫਸੀ ਸਾਰੀ, ਹਨੇਰੀ ਜਿਹੜੀ ਕੱਲ੍ਹ ਆਈ ਆ ਸਾਰੀ ਮਿੱਟੀ। ਮੈਂ ਸਾਰੀ ਸਾਫ਼ ਕਰ ਕਰਕੇ ਅਤੇ ਉੱਪਰੋਂ ਫਿਰ ਦੂਸਰੇ ਕੱਪੜੇ ਨਾਲ ਹਲੀ ਸਾਫ਼ ਕਰ। ਇਹ ਹਾਲ ਆਣੀਆਂ 'ਚ ਐਵੇਂ ਕਿ ਦੂਸਰੀਆਂ 'ਚ ਵੀ ਐਵੇਂ ਹੀ ਹੈ, ਐਵੇਂ ਕਿਉਂ ਹੁੰਦਾ ਵਾ। ਹਾਂ ਬਸ ਹੋ ਗਿਆ ਅਲੀ, ਆਈ ਹਨੇਰੀ ਆ ਬਾਰਿਸ਼, ਬਾਰਿਸ਼ ਜਾਂ ਹਨੇਰੀ ਕਹਿੰਦੇ ਦੱਸੀ ਅੱਜ ਸਾਰੀਆਂ ਜਗ੍ਹਾ 'ਤੇ ਬਾਰਿਸ਼ ਪੈ ਗਈ, ਅੰਮੀ ਹੁਣਾਂ 'ਤੇ ਪਈ ਨਹੀਂ, ਉਹਨਾਂ ਦੀ ਐਂਡ 'ਤੇ ਵਾਰੀ ਆਊਗੀ। ਪੈਸੇ ਜੇਬ 'ਚ ਪਾ ਹੋ ਰਹੇ ਪਰ
ਕੱਪੜਾ ਮਾਰਨਾ ਸੀ ਜੀ, ਜੀ ਰੱਖ ਲਓ ਸਾਫ ਸੁਥਰਾ ਪਰਸ਼ ਸੁਬਾਹ ਧੋਤਾ ਤੁਸੀਂ। ਨਹੀਂ ਨਹੀਂ ਏਡਾ ਸੌਖਾ ਕਿਤੇ ਕੋਈ ਕੰਮ ਵੀ ਹੈਗਾ ਸੌਖਾ ਕਿਤੇ ਹੁੰਦਾ। ਇਹ ਤਾਂ ਅੰਦਰ ਬੰਦਾ ਵਾਈਪਰ ਲੈ ਖੜਾ ਹੋਵੇ ਪੈਪ ਨਾ ਨਿਕਲਣਾ ਵਾ। ਅਤੇ ਅੱਜ ਮੇਰੀ ਤਬੀਅਤ ਨਹੀਂ ਠੀਕ, ਤੁਸੀਂ ਇੱਕ ਦੋ ਕਰ ਲਓ ਪਤਾ ਕੀ ਆ, ਅਤੇ ਬਾਅਦ 'ਚ ਬਾਕੀ ਜਿਹੜੀਆਂ ਪਹਿਲਾਂ ਕਰ ਲਿਆ ਜੇ ਪੈਪ ਨਾ, ਅਤੇ ਤੁਹਾਨੂੰ ਸਾਰਾ ਦਿਨ ਲੱਗੇ ਰਹੇ ਤਾਂ ਵਿੱਚੋਂ ਨਹੀਂ ਨਿਕਲਣ ਦਿਆ ਮਾਲ, ਅਤੇ ਤੰਗ ਆ ਨਾ ਜਗ੍ਹਾ ਗਿੱਲਾ ਹੋ ਗਿਆ ਨਾ, ਨਹੀਂ ਤਾਂ ਬਲੋਰ ਨਾ ਨਿਕਲ ਜਾਂਦਾ ਵਾ, ਹੈ ਨਾ ਪਿਆ ਨਹੀਂ ਸੁੱਕਾ ਨਿਕਲ ਜਾਂਦਾ। ਫਰਸ਼ ਧੋਤਾ ਨਾ ਤਾਂ ਹੀ ਗਿੱਲਾ ਹੋਇਆ ਕਿ ਬਾਰਿਸ਼ ਨਾ ਹੋਇਆ ਵਾ, ਬਾਰਿਸ਼ ਨਾ ਅੱਛਾ ਫਰਸ਼ ਨਾ, ਅਤੇ ਸੁੱਕ ਲੈਂਦੀ ਆ ਫਿਰ ਬਲੋਰ ਨਾ ਕੱਢ ਲਿਆ ਜੇ ਹਲੀ ਜੀ ਚਿੱਟਾ ਕੱਢਦੇ ਹੁੰਦੇ ਲੇਕਿਨ ਟਾਈਮ ਲੱਗੇਗਾ। ਇਹ ਦੂਜੇ ਨਾਲ ਹੀ ਟੁੱਕਣਾ ਰੀਤੀ ਲੈਣਾ ਪੜਦੇ ਕੁੰਜ ਕੇ ਇਹ ਪਰਦੇ ਜਿਹੜੇ ਨਾ ਉਹ ਤਾਂ ਕੁੰਜ ਲਵੇ ਬੰਦਾ, ਫਿਰ ਇਹਨੂੰ ਮਾਰ ਕੇ ਫੁਹਾਰਾ ਫੁਹਾਰਾ ਮਾਰ ਕੇ ਨਾ, ਤੇ ਵਾਈਪਰ ਜਿਹੜਾ ਪਾਣੀ ਅੰਦਰ ਜਾਏ ਉਹਨੂੰ ਬਾਹਰ ਕੱਢਦਾ ਜਾਏ। ਮੈਂ ਪੈਪ ਮਾਰੂੰਗੀ ਨਾ, ਤੁਸੀਂ ਵਾਈਪਰ ਨਾ ਕਰਿਓ, ਮੇਰੇ ਕੋਲ ਵਾਈਪਰ ਨਹੀਂ ਨਾ ਫੜਿਆ ਜਾਣਾ। ਕੋਲ ਬੋਲਣ ਦੇ ਯਾਰ, ਦੇਖੋ ਜੀ ਮਾਸ਼ਾਅੱਲਾ ਘਾਹ ਸਾਡਾ ਵੱਖਰੀ ਰਵਾਨਗੀ ਆ ਗਈ ਹੈ ਕਿਤੇ, ਹਾਏ 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 ਹਰਾ ਖਚੂਰ ਪਾਣੀ ਵੜ ਗਿਆ ਵਾ, ਇਹ ਨਹੀਂ ਸਾਫ ਹੋਣਾ ਤੇ ਲਈ ਨਹੀਂ ਜਾਂਦੀ। ਮੈਂ ਅੰਦਰ ਕੱਪੜੇ ਸੀ ਕੱਲ ਵਾ, ਦੋ ਸੂਟ ਹੀ ਆ ਤੁਹਾਡੇ ਬਸ, ਠੰਡਾ ਮੌਸਮ ਕਰਕੇ ਕਰ ਲੈਂਦੀ ਹਾਂ। ਚਲੋ ਜਿੱਦਾਂ ਤੁਸੀਂ ਕਹਿੰਦੇ, ਢੋਲੇ 'ਚ ਦਾਣੇ ਤਾਂ ਨਹੀਂ ਨਾ ਅੱਜ ਪੈਣੇ ਹੈ ਨਾ, ਬਾਰਿਸ਼ ਫਿਰ ਦੱਸੀ ਆ, ਧੁੱਪਾਂ ਲੱਗੀਆਂ ਅਤੇ ਫਿਰ ਪਾਉਣੇ ਆ। ਸਾਰੀਆਂ ਵਿੰਡੋ ਗੰਦੀਆਂ ਹੋਈਆਂ ਪਈਆਂ, ਹਨੇਰੀਆਂ ਦੇ ਵਿੱਚ ਕੱਟਾ ਫਸ ਜਾਂਦਾ। ਅਤੇ ਸਾਨੂੰ ਕਮੈਂਟ 'ਚ ਦੱਸ ਦਿਆ ਜੀ ਅਸੀਂ ਇਹਦਾ ਕਿੱਦਾਂ ਸਾਫ਼ ਕਰੀਏ, ਤੁਸੀਂ ਮੈਂ ਕਹਿੰਦੀ ਭੈਣ ਦੇ ਕਮੈਂਟ 'ਤੇ ਵੀ ਐਡਿਟ ਕਰੋ ਕਿ ਤੁਸੀਂ ਆਪਣੀਆਂ ਵਿੰਡੋ ਇੱਥੋਂ ਕਿਸ ਤਰ੍ਹਾਂ ਸਾਫ਼ ਕਰਦੇ, ਸਾਡੀਆਂ ਤਾਂ ਫੜ ਕੇ ਗੰਦੀਆਂ ਹੋਈਆਂ ਪਈਆਂ ਮਿੱਟੀ ਨੂੰ, ਹਨੇਰੀ ਬਹੁਤ ਆਉਂਦੀ ਇੱਧਰ, ਨੀਂਦ ਨਹੀਂ ਆਉਂਦੀ। ਅਸੀਂ ਦੁਪਹਿਰੇ 10 ਮਿੰਟ ਪਏ ਹਾਂ, ਸਾਨੂੰ ਇਹਨਾਂ ਨੇ ਦੇਖੀਆਂ ਕਿ ਤਾਂ ਵਿੰਡੋ ਹਨੇਰੀ ਦਾ ਘੱਟਾ, ਪਹਿਲੇ ਹਨੇਰੀ ਆਈ ਨਾ ਬਾਰਿਸ਼ ਬਾਅਦ 'ਚ ਆਈ ਅਤੇ ਘੱਟਾ ਵੜ ਗਿਆ ਸੀ ਵਿੱਚ। ਚਲੋ ਬਸ ਕਰੋ ਨਾ ਕਰੋ, ਸੁੱਕਾ ਮਾਰਨ ਲੱਗੇ ਹੁਣ, ਜਦੋਂ ਹੋਊਗਾ ਤਾਂ ਇਹ ਨਹੀਂ ਹੋਣਗੀਆਂ, ਨਾ ਖੱਪੋ। ਅੱਛਾ ਅੱਛਾ ਇਹ ਚਲੋ ਸਾਫ਼ ਕਰ ਲਓ, ਇਹ ਵੀ ਕਿਹੜਾ ਵਿੱਚ ਉਂਗਲੀ ਜਾਣਦੀ ਇੱਡੀ ਮੋਟੀ ਉਂਗਲੀ, ਇਹ ਤਾਂ ਕੋਈ ਨਿੱਕੀ ਜਿਹੀ ਮਟਕੂ ਵਰਗੀ ਉਂਗਲੀ ਹੋਵੇ ਨਾ ਛੋਟੀ ਜਿਹੀ, ਜਾਲਿਆਂ ਦਾ ਬੁਰਸ਼ ਨਹੀਂ ਜਾਊਗਾ ਵਿੱਚ, ਜਾਲਿਆਂ ਦਾ ਬੁਰਸ਼ ਤੁਹਾਡਾ ਕੰਮ ਖਰਾਬ ਹੋ ਗਿਆ, ਮਿਸ਼ਨ ਫੇਲ ਹੋ ਗਿਆ ਸਾਡਾ।